ਹਰ ਕੋਈ ਬੰਦਾ ਆਪਣੇ ਲਈ ਜਿਉਂਦਾ ਹੈ। ਹਰ ਜਾਨਵਰ ਆਪਣੇ ਲਈ ਜਿਉਂਦਾ ਹੈ। ਲੇਕਿਨ ਜਿਉਂਨਾ ਤੋਂ ਉਹਦਾ ਮੰਨਿਆ ਜਾਂਦਾ ਹੈ ਜਿਹੜਾ ਦੂਸਰਿਆਂ ਲਈ ਜਿਉਂਦਾ ਹੈ। ਆਪਣੀ ਜ਼ਿੰਦਗੀ ਦੇ ਵਿੱਚ ਦੂਸਰਿਆਂ ਲਈ ਕੁਝ ਕੰਮ ਕਰਦਾ ਹੈ। ਤਾਂ ਮਰਨ ਤੋਂ ਬਾਅਦ ਵੀ ਉਹ ਅਸਲ ਚੋਹੋ ਅਮਰ ਰਹਿੰਦਾ ਹੈ। ਲੋਕਾਂ ਦੀਆਂ ਜ਼ੁਬਾਨਾਂ ਤੇ ਉਹਦਾ ਨਾਮ ਰਹਿੰਦਾ ਹੈ। ਉਹਨਾਂ ਦੇ ਵਿੱਚ ਇੱਕ ਇਹ ਲੂਇਸ ਬਰੇਲ ਵੀ ਸੀ। 3 ਸਾਲ ਦੀ ਉਮਰ ਦੇ ਵਿੱਚ ਇਹ ਆਪਣੇ ਬਾਪ ਦੀ ਦੁਕਾਨ 'ਚ ਖੇਲਦਾ ਸੀਗਾ ਉੱਥੇ ਇਹਦੇ ਅੱਖ ਜਨਾ ਰੰਬੀ ਲੱਗੀ ਖੱਬੀ ਅੱਖ ਦੇ ਵਿੱਚ ਬਹੁਤ ਨੁਕਸਾਨ ਹੋਇਆ ਚਲੋ ਉਹਦੀ ਨਿਗਾ ਗਈ ਉਹਦੇ ਕਾਰਨ ਦੂਸਰੀ ਅੱਖ ਦੇ ਵਿੱਚ ਵੀ ਸੋਜ ਆ ਗਈ ਕਾਫੀ ਚਲੋ ਉਹ 2 ਸਾਲ ਬਾਅਦ ਮੀਂਜ 5 ਸਾਲ ਦੀ ਉਮਰ ਦੇ ਵਿੱਚ ਦੂਸਰੀ ਅੱਖ ਵੀ ਗਈ ਤਾਂ 5 ਸਾਲ ਦੀ ਉਮਰ ਦੇ ਵਿੱਚ ਇਹ ਪਰਮਨੈਂਟਲੀ ਬਲਾਈਂਡ ਹੋ ਗਈ ਸੀ 100% ਤੈਨਾਂ ਨੇ ਸੋਚਿਆ ਵੀ ਮੈਂ ਹੁਣ ਕੀ ਕਰਾਂ 5 ਸਾਲ ਦੀ ਉਮਰ ਚਾ ਦੇਖੋ ਬੱਚਾ ਹੈ ਛੋਟਾ ਸੋਚ ਦੇਖੋ ਇਹਨਾਂ ਦੀ ਤੈਨੇ ਕਿਹਾ ਵੀ ਮੈਂ ਪੜਨਾ ਚਾਹੁੰਨਾ ਅੱਗੇ ਵਧਣਾ ਚਾਹੁੰਨਾ ਤੈਨੇ ਇੱਕ ਭਾਸ਼ਾ ਦੇਖੋ ਜਿਹੜੀ ਇਹਦੇ ਦਿਮਾਗ ਚ ਆਈ ਇਸ ਬੱਚੇ ਦੇ ਇਹਨੇ ਕੀ ਕੀਤਾ ਪੇਪਰ ਤੇ ਇੱਕ ਬਿੰਦੀਆਂ ਜਿਹਾ ਬਣਾਉਣੀਆਂ ਸ਼ੁਰੂ ਕਰਤੀਆਂ ਉੱਥੇ ਆਪਣਾ ਦੇਖਣ ਲੱਗ ਗਿਆ ਵੀ ਇਹ ਆਏ ਹੈ ਬੀ ਐ ਸੀ ਹੈ ਤਾਂ ਉਹ ਇਹ ਬ੍ਰੇਲ ਭਾਸ਼ਾ ਹੈ ਇਸ ਤਰ੍ਹਾਂ ਦਾ ਨੰਬਰ ਵੀ ਹਨ ਇਹਦੇ ਬਰੇਲ ਭਾਸ਼ਾ ਚ ਹਨ ਇਹ ਬੀ ਸੀ ਅਲਫਾਬੈਟ ਵੀ ਹਨ ਸਾਰੇ ਇਹ ਇਹਨਾਂ ਦੀ ਕਿਤਾਬ ਹੈ ਫਿਰ ਇਹਨਾਂ ਨੇ ਇਹ ਲਿਖੀ ਬਰੇਲ ਭਾਸ਼ਾ ਇਹ ਉਹ ਭਾਸ਼ਾ ਹੈ ਜਿਹੜੀ ਅੰਨੇ ਪੜ੍ਹਦੇ ਹਨ ਇਸ ਵਿੱਚ ਬਿੰਦੂਆਂ ਦੇ ਭਾਰ ਹੁੰਦੇ ਹਨ ਜਿਨ੍ਹਾਂ ਦੀ ਬੰਤਰ ਛੂਹ ਤੋਂ ਅੱਖਰਾਂ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ ਇਸਦੀ ਕਾਢ ਲੂਈਸ ਬਰੇਲ ਨੇ 1829 ਵਿੱਚ ਕੱਢੀ ਸੀ ਬਰੇਲ ਨੇ ਇਹ ਵਿਚਾਰ ਫਰਾਂਸ ਦੇ ਹੀ ਕੈਪਟਨ ਬਾਰਬਾਇਰ ਤੋਂ ਲਿਆ ਸੀ ਜਿਸ ਨੇ 1894 ਵਿੱਚ ਵੈਲੈਂਟਾਈਨ ਹੋਗਾ ਬਰੇਲ ਦੀ ਪਹਿਲੀ ਪੁਸਤਕ ਲਿਖੀ ਸੀ 1854 ਤੱਕ ਬਰੇਲ ਭਾਸ਼ਾ ਫਰਾਂਸ ਵਿੱਚ ਪ੍ਰਚਲਿਤ ਸੀ ਪਰੰਤੂ 1932 ਵੀ ਵਿੱਚ ਸਟੈਂਡਰਡ ਇੰਗਲਿਸ਼ ਬਰੇਲ ਨੇ ਪੁਰਾਣੀ ਬਰੇਲ ਭਾਸ਼ਾ ਦੀ ਜਗ੍ਹਾ ਲੈ ਲਈ ਜਿਹੜੀ ਅੱਜ ਕੱਲ ਪੂਰੀ ਦੁਨੀਆ ਵਿੱਚ ਚੱਲੀ ਜਾ ਰਹੀ ਹੈ ਉਂ ਤਾਂ ਬ੍ਰੇਲ ਭਾਸ਼ਾ ਵੀ, ਏਟੀਐਮ ਕਾਰਡ, ਕੈਸ਼ ਕਾਰਡ, ਪਾਸਬੁੱਕ, ਡਿਕਸ਼ਨਰੀ ਤੇ ਹੋਰ ਬਹੁਤ ਕੁਝ ਆ ਗਿਆ। ਇਹ ਹੈ ਲੂਇਸ ਬ੍ਰੇਲ ਜਿਦਾ ਜਨਮ 4 ਜਨਵਰੀ 1809 ਨੂੰ ਹੋਇਆ ਤੇ ਮੌਤ ਇਹਦੀ 6 ਜਨਵਰੀ 1852 ਵਿੱਚ ਹੋਈ। ਇਹ ਉਹ ਹਨ ਜਿਹੜੇ ਲੋਕ ਕੁਝ ਕਰਕੇ ਜਾਂਦੇ ਨੇ ਦੂਸਰੇ ਲਈ ਤੇ ਅਮਰ ਰਹਿੰਦੇ ਹਨ। Thank you.